ਫਿਲੌਰ ਦੇ ਨਜ਼ਦੀਕੀ ਪਿੰਡ ਪੰਜ ਢੇਰਾਂ ਦੇ ਇੱਕ ਕਿਸਾਨ ਨੇ ਨਜਾਇਜ਼ ਮਾਈਨਿੰਗ ਖਿਲਾਫ ਸ਼ਿਕਾਇਤ ਦਰਜ ਕਰਦਿਆਂ ਦੱਸਿਆ ਕਿ ਕੁਝ ਵਿਅਕਤੀ ਉਸ ਦੀ ਜ਼ਮੀਨ ਤੇ ਆ ਕੇ ਨਜਾਇਜ਼ ਰੇਤਾ ਚੁੱਕਣ ਦਾ ਧੰਦਾ ਕਰ ਰਹੇ ਨੇ, ਜਦਕਿ ਉਹਨਾਂ ਕੋਲ ਰੇਤਾ ਚੁੱਕਣ ਦਾ ਠੇਕਾ ਵੀ ਨਹੀਂ ਹੈ। ਉਹਨਾਂ ਕਿਹਾ ਕਿ ਇਹ ਧੰਦਾ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਹੈ, ਜਿਸ ਸੰਬੰਧੀ ਉਹਨਾਂ ਨੇ ਦਰਖਾਸਤ ਵੀ ਦਿੱਤੀ ਸੀ, ਪਰੰਤੂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ। ਹਾਂਜੀ, ਸਾਡਾ ਸੰਤੋਖ ਸਿੰਘ ਨਾਂ ਆ ਜੀ, ਪਿੰਡ ਚਾਣਚੱਕ ਫਲੌਰ ਦੀ ਸਾਡੀ ਜ਼ਮੀਨ ਆ, ਜਿੱਥੇ ਨਜਾਇਜ਼ ਮਾਈਨਿੰਗ ਹੋ ਰਹੀ ਆ। ਅੱਗੇ ਵੀ ਪਿਛਲੇ ਸਾਲ ਵੀ ਲੈ ਕੇ ਦੇ ਚੁੱਕੇ ਆ, ਕੋਈ ਸੁਣਾਈ ਨਹੀਂ ਹੋਈ ਤਾਂ ਹੁਣ ਵੀ ਨਹੀਂ ਹੋ ਰਹੀ। ਅੱਜ ਤੋਂ ਹਫ਼ਤਾ ਹੋ ਗਿਆ ਮਾਈਨਿੰਗ ਚੱਲਦੀ ਨੂੰ ਧੱਕੇ ਨਾਲ। ਸਾਨੂੰ ਇਹ ਵੀ 2 ਨੰਬਰ ਰੇਤਾ ਚੱਕ ਰਹੇ ਆ, ਨਜਾਇਜ਼ ਮਾਈਨਿੰਗ ਹੋ ਰਹੀ ਆ, ਕੋਈ ਸਾਨੂੰ ਸਰਕਾਰ ਸੁਣ ਨਹੀਂ ਰਹੀ ਸਾਡੀ। ਇਹ ਲੱਖੂ ਨਾਂ ਦਾ ਇੱਕ ਬੰਦਾ ਚੌਧਰੀਆਂ ਦੇ ਮਹੱਲੇ ਦਾ ਜੀ। ਦਰਖਾਸਤ ਵੀ ਦਿੱਤੀ ਹੋ? ਹਾਂਜੀ ਹਾਂਜੀ, ਦਰਖਾਸਤਾਂ ਬਹੁਤ ਦਿੱਤੀਆਂ, ਐਸ ਡੀ ਐਮ ਸਾਹਿਬ ਦੇ ਦਿੱਤੀ ਆ, ਬੰਨ ਮਹਿਕਮੇ ਨੂੰ ਦਿੱਤੀ ਆ, ਮਾਈਨਿੰਗ ਅਫਸਰ ਨੂੰ ਵੀ ਦੇ ਚੁੱਕੇ ਹਾਂ। ਅੱਜ ਉਹਨਾਂ ਨੇ ਇਹੀ ਭਰੋਸਾ ਦਿੱਤਾ ਵੀ 1-2 ਦਿਨ ਰੁਕੋ, 1-2 ਦਿਨ ਰੁਕਦਿਆਂ ਰੁਕਦਿਆਂ ਤਾਂ ਦੇਖੋ ਜੀ ਸਾਰਾ ਮੁੱਲ ਖੱਡੇ ਪਾ ਦਿੱਤੇ ਉਹਨਾਂ ਨੇ। ਹਾਂਜੀ ਹਾਂਜੀ, ਪਿਛਲੇ ਸਾਲ ਵੀ 2 ਸਾਲ ਹੋ ਗਏ ਸੀ, 2 ਸਾਲ ਤੋਂ ਮਤਲਬ ਇਹੀ ਆਪਣੀ ਮੰਗ ਕਰਦੇ ਆ ਰਹੇ ਵੀ ਰੇਤੇ ਉਹ ਬੰਦ ਕਰੋ ਜੀ, ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ 2 ਸਾਲ ਤੋਂ ਹੋ ਰਹੀ ਹੈ। ਅਸੀਂ ਤਾਂ ਬਸ ਇਹੀ ਮੰਗ ਕਰਦੇ ਹਾਂ ਵੀ ਸਾਡੀ ਮਤਲਬ ਸਰਕਾਰ ਸੁਣੇ ਤੇ ਬੰਦ ਕਰੇ ਸਾਰਾ, ਸਾਡੀ ਜ਼ਮੀਨ ਜਿਹੜੀ ਰਹਿੰਦੀ ਉਹਨੂੰ ਵੀ ਖਤਰਾ ਜਿਹੜੀ ਡਿੱਗ ਚੁੱਕੀ ਉਹ ਤਾਂ ਹੈ ਹੀ ਆ। ਬੰਨ ਦੇ ਉੱਪਰ ਜਿਹੜੀ ਗਰੀਬ ਕਿਸਾਨਾਂ ਦੀ ਜ਼ਮੀਨ ਆ ਉੱਥੇ ਆਏ ਆ ਸੰਤੋਖ ਸਿੰਘ ਕਿਸਾਨ, ਗਰੀਬ ਕਿਸਾਨ ਮੇਰੇ ਨਾਲ ਖੜੇ ਆ। ਇਹਨਾਂ ਦੀ ਜ਼ਮੀਨ ਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਆ, ਨਜਾਇਜ਼, ਜਿਹੜੀ ਕਿਸੇ ਲੀਡਰ ਦੀ ਸਪੋਰਟ ਦੇ ਨਾਲ, ਇਹ ਦੱਸ ਰਿਹਾ ਕਿ ਚੌਧਰੀ ਸੰਤੋਖ ਸਿੰਘ ਦੀ ਸਪੋਰਟ ਦੇ ਨਾਲ ਇੱਥੇ ਇਹ ਮਾਈਨਿੰਗ ਹੋ ਰਹੀ ਆ। ਮਾਈਨਿੰਗ ਕਰਨੇ ਵਾਲੇ ਉਹ ਇਹਨਾਂ ਦੇ ਸਪੋਰਟਰ ਆ, ਜਿਹੜੇ ਇੱਥੋਂ ਬਿਨਾਂ ਕਿਸੇ ਦੱਸੇ ਪੁੱਛੇ ਤੇ ਰੇਤਾ ਚੱਕਦੇ ਆ, ਜਿੱਥੋਂ ਮਰਜ਼ੀ ਇਹਨਾਂ ਦੇ ਖੇਤਾਂ 'ਚੋਂ ਚੱਕੀ ਜਾਂਦੇ ਆ। ਇਹਨਾਂ ਦੇ ਖੇਤ ਉਜਾੜ ਦਿੱਤੇ ਆ, ਆਹ ਦੇਖ ਲਓ ਖੱਡੇ ਪਏ ਆ, ਅੱਗੇ ਕਿਸਾਨ ਹੜ੍ਹਾਂ ਦੇ ਨਾਲ ਮਾਰਨਾ ਮਰ ਗਿਆ, ਹੁਣ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਮੁਫ਼ਤ ਰੇਤਾ ਚੱਕ ਚੱਕ ਕੇ ਜਾ ਕੇ ਹਜ਼ਾਰਾਂ ਰੁਪਈਆ ਵੱਟਦੇ ਆ। ਇਹਨਾਂ ਦੇ ਪੱਲੇ ਕੌਡੀ ਨਹੀਂ ਪੈਂਦੀ, ਇਹਨਾਂ ਨੂੰ ਗੌਰਮੈਂਟ ਨੇ ਇਹਦੇ 'ਤੇ ਕੋਈ ਮੁਆਵਜ਼ਾ ਨਹੀਂ ਦਿੱਤਾ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਮਦਦ ਕੀਤੀ ਜਾਵੇ, ਇਸ ਜਗ੍ਹਾ 'ਤੇ ਆਣ ਕੇ ਇਹਦੀ ਗਦਾਵਰੀ ਕੀਤੀ ਜਾਵੇ, ਜਿਨ੍ਹਾਂ ਲੋਕਾਂ ਨੇ ਇੱਥੋਂ ਰੇਤਾ ਚੱਕਿਆ ਉਹਨਾਂ 'ਤੇ ਪਰਚਾ ਦਿੱਤਾ ਜਾਵੇ। ਇਹ ਛੇਤੀ ਤੋਂ ਛੇਤੀ ਇਹ 'ਤੇ ਐਕਸ਼ਨ ਹੋਣਾ ਚਾਹੀਦਾ, ਨਹੀਂ ਭਾਰਤੀ ਕਿਸਾਨ ਯੂਨੀਅਨ ਬੰਨ ਦੇ ਉੱਪਰ ਬਹੁਤ ਵੱਡਾ ਧਰਨਾ ਲਾਊਗੀ। ਕਿਸਾਨ ਲਈ ਰਾਏ ਸੀਗੇ ਕਿ ਨਜਾਇਜ਼ ਮਾਈਨਿੰਗ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਉਹਨਾਂ ਨੇ, ਉਸ ਬਾਰੇ ਐਸ ਡੀ ਓ ਮਾਈਨਿੰਗ ਇੱਥੇ ਜਾਈ ਉਹਨਾਂ ਦੇ ਡਿਪਾਰਟਮੈਂਟ ਨੂੰ ਬੁਲਾ ਕੇ ਮੈਂ ਸਵੇਰੇ ਇੰਸਟਰਕਸ਼ਨ ਦੇ ਦਿੱਤੀ ਹੈ, ਸਾਈਟ ਵਿਜ਼ਿਟ ਕਰਕੇ ਮੈਨੂੰ ਸ਼ਾਮ ਤੱਕ ਰਿਪੋਰਟ ਦੇਣਗੇ ਅਤੇ ਜੋ ਕੰਦੀ ਕਾਰ ਹੋਵੇਗੀ ਅਸੀਂ ਉਸ 'ਤੇ ਕਰਾਂਗੇ। ਇਸ ਟਾਈਮ ਕੋਈ ਵੀ ਮਾਈਨ ਸਾਡੇ ਓਪਰੇਸ਼ਨਲ ਨਹੀਂ ਹੈ, ਅਤੇ ਜੇ ਕੋਈ ਮਾਈਨਿੰਗ ਕਰ ਰਿਹਾ ਨਜਾਇਜ਼ ਮਾਈਨਿੰਗ ਵੀ ਕਰ ਰਿਹਾ ਤਾਂ ਉਹਦੇ ਖਿਲਾਫ਼ ਸਖ਼ਤ ਐਕਸ਼ਨ ਹੋਣਾ।